ਸਰ ਮੈਂ ਗੌਰਮੈਂਟ ਟੀਚਰ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਮੁਕਤਸਰ ਸਾਹਿਬ ਵਿੱਚ ਅਤੇ ਮੈਂ ਪਿਛਲੇ ਕਾਫੀ ਟਾਈਮ ਤੋਂ ਇੱਥੇ ਜੋਬ ਕਰ ਰਹੀ ਹਾਂ ਅਤੇ ਪਿਛਲੇ 2-3 ਸਾਲ ਤੋਂ ਮੇਰੇ ਹਸਬੈਂਡ ਨੂੰ ਕੋਵਿਡ ਹੋਇਆ 2020 ਵਿੱਚ। ਉਹ ਕਾਫੀ ਬਿਮਾਰ ਹੋ ਗਏ ਸੀਗੇ ਅਤੇ ਸਾਨੂੰ ਉਹਨਾਂ ਦੇ ਟ੍ਰੀਟਮੈਂਟ ਵਾਸਤੇ DMC ਚੱਲ ਰਿਹਾ ਸੀ, ਉਹਨਾਂ ਦਾ ਟ੍ਰੀਟਮੈਂਟ DMC ਤੋਂ ਹੋ ਰਿਹਾ ਸੀ ਅਤੇ ਅਸੀਂ ਜਦੋਂ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਸੀਗਾ ਅਤੇ ਮੈਨੂੰ ਡਾਕਟਰਸ ਨੇ ਵੀ ਅਲਰਟ ਕਰਤਾ ਸੀਗਾ ਵੀ ਇਹਨਾਂ ਨੂੰ ਕੋਈ ਮਤਲਬ ਅਸੀਂ ਕਹਿ ਨਹੀਂ ਸਕਦੇ ਵੀ ਠੀਕ ਹੋਣਗੇ ਜਾਂ ਨਹੀਂ ਹੋਣਗੇ। ਉਸ ਟਾਈਮ ਮੈਂ ਕਾਫੀ ਟੈਨਸ਼ਨ ਵਿੱਚ ਸੀ ਅਤੇ ਅਸੀਂ ਨਾਲ ਨਾਲ ਇਹਨਾਂ ਦਾ ਟ੍ਰੀਟਮੈਂਟ ਫਿਰ ਪਟਿਆਲੇ ਤੋਂ ਵੀ ਸ਼ੁਰੂ ਕੀਤਾ ਵੀ ਉੱਧਰੋਂ ਨਾਲ ਨਾਲ ਉੱਧਰੋਂ ਟ੍ਰੀਟਮੈਂਟ ਚੱਲਿਆ ਅਤੇ ਸਾਨੂੰ ਹਫ਼ਤੇ ਵਿੱਚ ਕਈ ਵਾਰੀ 2 ਵਾਰ ਵੀ ਜਾਣਾ ਪੈਂਦਾ ਸੀਗਾ DMC ਵੀ ਅਤੇ ਪਟਿਆਲੇ ਵੀ। ਅਤੇ ਜਦੋਂ ਉਹ ਵਾਪਸ ਆਉਂਦੇ ਸੀ ਤਾਂ ਉਹ ਬਹੁਤ ਜ਼ਿਆਦਾ ਮਤਲਬ ਬਿਮਾਰ ਹੋਣ ਦੇ ਕਾਰਨ ਥੱਕੇ ਹੁੰਦੇ ਸੀ ਅਤੇ ਸਾਰੀ ਰਾਤ ਸੌਂਦੇ ਨਹੀਂ ਸੀ ਅਤੇ ਉਹ ਸਾਰੀ ਰਾਤ ਸਾਨੂੰ ਵੀ ਉਹਨਾਂ ਦੇ ਨਾਲ ਬੈਠਣਾ ਪੈਂਦਾ ਸੀ, ਉਸੇ ਹਾਲਤ ਵਿੱਚ ਮੈਨੂੰ ਸਕੂਲ ਜਾਣਾ ਪੈਂਦਾ ਸੀ। ਪਰ ਸਕੂਲ ਵਿੱਚ ਮੈਨੂੰ ਕੋਈ ਮਤਲਬ ਜ਼ਿਆਦਾ ਸਰ ਐਡਜਸਟਮੈਂਟ ਜੋ ਦੋਸ਼ੀ ਹੈ ਚਮਨ ਲਾਲ ਨਹੀਂ ਕਰਦਾ ਸੀਗਾ ਅਤੇ ਮੈਨੂੰ ਡਾਕ ਦੇ ਬਹਾਨੇ ਮਤਲਬ ਪਰੇਸ਼ਾਨ ਵੀ ਕਰਦੇ ਸੀਗੇ। ਅਤੇ ਉਸ ਤੋਂ ਬਾਅਦ ਮੈਂ ਮਤਲਬ ਇਸ ਪਰੇਸ਼ਾਨੀ ਤੋਂ ਤੰਗ ਆ ਕੇ ਮੈਂ ਆਪਣੀ ਡੈਪੂਟੇਸ਼ਨ ਕਿਸੇ ਹੋਰ ਸਕੂਲ ਵਿੱਚ ਕਰਵਾ ਲਈ। ਉਸ ਡੈਪੂਟੇਸ਼ਨ ਦੇ ਵਿੱਚ ਮੇਰੇ ਹਸਬੈਂਡ ਦੀ ਡੈਥ ਹੋ ਗਈ ਅਤੇ ਜਦੋਂ ਮੇਰੇ ਹਸਬੈਂਡ ਦੀ ਡੈਥ ਹੋ ਗਈ ਮੈਨੂੰ ਵਾਪਸ ਇਸ ਸਕੂਲ ਵਿੱਚ ਫਿਰ ਮੇਰੇ ਸਕੂਲ ਵਿੱਚ ਆਉਣਾ ਪਿਆ। ਉਸ ਟਾਈਮ ਮੈਂ ਮੇਰੇ ਵਿਡੋ ਹੋਣ ਦਾ ਇਹਨਾਂ ਨੇ ਨਜਾਇਜ਼ ਫਾਇਦਾ ਉਠਾ ਕੇ ਇਹਨਾਂ ਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਮੈਂ ਮਤਲਬ ਇਹਨਾਂ ਨੂੰ ਅਸ਼ਲੀਲ ਹਰਕਤਾਂ 'ਤੇ ਉਤਰਿਆ ਇਹ ਮੇਰੇ ਨਾਲ ਬਹੁਤ ਮਤਲਬ ਗਲਤ ਨਿਗਾਹ ਨਾਲ ਵੇਖਣ ਲੱਗ ਪਈ। ਅਤੇ ਜਦੋਂ ਆਹ ਹੁਣ ਪਿਛਲੇ ਮੌਸਮ ਕਾਫੀ ਖਰਾਬ ਸੀਗਾ, ਧੁੰਦ ਦਾ ਮੌਸਮ ਚੱਲ ਰਿਹਾ ਸੀ, ਸਾਰੇ ਟੀਚਰ ਅੰਦਰ ਬੈਠੇ ਹੁੰਦੇ ਸੀਗੇ ਆਪਣੇ ਆਪਣੀਆਂ ਕਲਾਸਾਂ ਵਿੱਚ ਗੇਟ ਬੰਦ ਕਰਕੇ, ਪਰ ਮੇਰੀ ਜਿਹੜੀ ਕਲਾਸ ਹੈ ਉਹ ਬਰਾਂਡੇ ਵਿੱਚ ਲੱਗਦੀ ਹੈ ਬਾਹਰ। ਅਤੇ ਉੱਥੇ ਮਤਲਬ ਜਦੋਂ ਇਹਨਾਂ ਨੇ ਮੇਰੇ ਨਾਲ ਗਲਤ ਨਜ਼ਰ ਨਾਲ ਵੀ ਵੇਖਦੇ ਸੀ ਵੀ ਸਾਰੇ ਟੀਚਰ ਅੰਦਰ ਹੈ, ਕਿਸੇ ਨੂੰ ਨਹੀਂ ਪਤਾ ਲੱਗ ਰਿਹਾ, ਪਰ ਹੁਣ ਇੰਨੀ ਹੱਦ ਹੋ ਗਈ ਸੀ ਜਦੋਂ ਮੈਂ ਵਾਸ਼ਰੂਮ ਜਾਂਦੀ ਸੀ ਤਾਂ ਮੇਰੇ ਮਗਰ ਜਾਣ ਲੱਗ ਪਏ ਸੀਗੇ ਵਾਸ਼ਰੂਮ, ਅਤੇ ਵਾਸ਼ਰੂਮ ਦੇ ਨਜ਼ਦੀਕ ਜਾ ਕੇ ਖੜ੍ਹ ਜਾਂਦੇ ਸੀ ਅਤੇ ਜਦੋਂ ਮੈਂ ਬਾਹਰ ਆਉਂਦੀ ਸੀ ਵਾਸ਼ ਬੇਸਨ 'ਤੇ ਹੈਂਡ ਵਾਸ਼ ਕਰਦੀ ਸੀ ਤਾਂ ਇਹਨਾਂ ਨੇ ਕਈ ਵਾਰੀ ਮੈਨੂੰ ਮੇਰੇ ਹੱਥਾਂ ਨੂੰ ਟੱਚ ਵੀ ਕੀਤਾ ਅਤੇ ਮੈਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸਰ ਤੁਸੀਂ ਮਤਲਬ ਸਕੂਲ ਦੇ ਮੁੱਖ ਅਧਿਆਪਕ ਹੋ, ਤੁਹਾਨੂੰ ਆਪਣੀਆਂ ਇਹਨਾਂ ਹਰਕਤਾਂ ਤੋਂ ਥੋੜ੍ਹਾ ਬਾਜ਼ ਆਉਣਾ ਚਾਹੀਦਾ, ਪਰ ਇਹਨਾਂ ਨੂੰ ਕੋਈ ਖਾਸ ਸਮਝ ਨਹੀਂ ਲੱਗੀ ਮੇਰੇ ਸਮਝਾਉਣ 'ਤੇ, ਇਹਨਾਂ 'ਤੇ ਕੋਈ ਨਹੀਂ ਅਸਰ ਹੋਇਆ। ਅਤੇ ਫਿਰ ਮੈਂ ਮੇਰੇ ਨਾਲ ਦੇ ਜਿਹੜੇ ਟੀਚਰ ਹੈਗੇ ਆ ਉਹਨਾਂ ਨੂੰ ਦੱਸਿਆ ਵੀ ਸਰ ਮੈਨੂੰ, ਮੈਂ ਤਾਂ ਪਹਿਲਾਂ ਹੀ ਪਰੇਸ਼ਾਨ ਹੈ, ਮੇਰੇ ਪਤੀ ਦੀ ਡੈਥ ਹੋ ਚੁੱਕੀ ਹੈ ਸਭ ਨੂੰ ਪਤਾ, ਅਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਵੀ ਲੇਡੀਜ਼ ਨੂੰ ਇੱਜ਼ਤ ਸਭ ਤੋਂ ਪਹਿਲਾਂ ਹੁੰਦੀ ਹੈ, ਖਾਸ ਕਰਕੇ ਵਿਡੋ ਨੂੰ ਬਹੁਤ ਇਹ ਲਿਮਿਟ ਹੁੰਦੀਆਂ ਹੈ ਲੇਡੀਜ਼ ਦੀਆਂ, ਇੱਕ ਖਾਸ ਕਰਕੇ ਜੋ ਵਿਧਵਾ ਔਰਤ ਹੈ। ਅਤੇ ਮੈਂ ਟੀਚਰਸ ਨੂੰ ਕਿਹਾ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਮਤਲਬ ਤੁਸੀਂ ਕਹਿ ਸਕਦੇ ਹੋ ਆਪਣੇ ਲੈਵਲ 'ਤੇ ਤਾਂ ਮੈਨੂੰ ਸ਼ਿਕਾਇਤ ਨਾ ਕਰਨੀ ਪਵੇ, ਆਪਾਂ ਨੂੰ ਦਫ਼ਤਰਾਂ ਵਿੱਚ ਨਾ ਜਾਣਾ ਪਵੇ ਤਾਂ ਆਪਾਂ ਇੱਥੇ ਹੀ ਗੱਲ ਖਤਮ ਹੋ ਜਾਏ। ਤਾਂ ਟੀਚਰ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ, ਅਸੀਂ ਸਰ ਨੂੰ ਜਾ ਕੇ ਇਹ ਗੱਲ ਤੁਹਾਡੀ ਰੱਖਾਂਗੇ ਸਰ ਦੇ ਸਾਹਮਣੇ। ਅਤੇ ਉਹ ਟੀਚਰਸ ਗਏ ਵੀ ਹੈ, 4-5 ਟੀਚਰ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਵੀ ਤੁਸੀਂ ਬੇਫਿਕਰ ਹੋ ਜਾਓ, ਉਹ ਟੀਚਰ ਉਹਨਾਂ ਨੂੰ ਸਮਝਾ ਕੇ ਆਏ ਹੈ। ਅਤੇ ਉੱਥੇ ਉਹਨਾਂ ਕੋਲ ਉਹਨਾਂ ਨੇ ਕਿਹਾ ਵੀ ਚਲੋ
ਕੋਈ ਨਾ ਹੁਣ ਪਰੇਸ਼ਾਨ ਨਹੀਂ ਕਰਦੇ ਸਰ ਤੁਹਾਨੂੰ, ਅਸੀਂ ਉਹਨਾਂ ਨੂੰ ਕਹਿਤਾ। ਪਰ ਸਰ ਦੀ ਕੋਈ ਉਹਨਾਂ ਵਿੱਚ ਸਰ 'ਚ ਕੋਈ ਖਾਸ ਫਰਕ ਨਹੀਂ ਆਇਆ, ਬਿਲਕੁਲ ਵੀ ਉਹਨਾਂ ਵਿੱਚ ਕੋਈ ਚੇਂਜ ਨਹੀਂ ਹੋਇਆ। ਉਹਨਾਂ ਨੇ ਉਵੇਂ ਹਰਕਤਾਂ ਰੱਖੀਆਂ। ਮੈਂ ਜਦੋਂ ਵਾਸ਼ਰੂਮ ਜਾਂਦੀ ਸੀ ਸਰ, ਉਵੇਂ ਹੀ ਮਗਰ ਜਾਂਦੇ ਸੀ, ਮੇਰੇ ਵਾਸ਼ਰੂਮ ਦੇ ਬਾਹਰ ਖੜ੍ਹੇ ਹੋ ਜਾਂਦੇ ਸੀ ਨਜ਼ਦੀਕ। ਜਦੋਂ ਮੈਂ ਬਾਹਰ ਆਉਂਦੀ ਸੀ ਤਾਂ ਉਦੋਂ ਥੋੜ੍ਹਾ ਜਿਹਾ ਅਸ਼ਲੀਲ ਹਰਕਤਾਂ ਕਰਦੇ ਸੀ ਮੇਰੇ ਨਾਲ। ਜਦੋਂ ਇਹ ਗੱਲ ਪਾਣੀ ਮੇਰੇ ਸਿਰ ਤੋਂ ਲੰਘ ਗਿਆ ਤਾਂ ਮੈਂ ਆਪਣੇ ਬ੍ਰਦਰ ਨੂੰ ਦੱਸਿਆ ਵੀ ਮੇਰੇ ਨਾਲ ਇਹ ਹਰਕਤ ਕਰ ਰਿਹਾ ਮੁੱਖ ਅਧਿਆਪਕ ਚਮਨ ਲਾਲ, ਅਤੇ ਹੁਣ ਆਪਾਂ ਨੂੰ ਇਹਦਾ ਕੋਈ ਹੱਲ ਕੱਢਣਾ ਪੈਣਾ, ਵੀ ਇਹ ਤਾਂ ਬਹੁਤ ਜ਼ਿਆਦਾ ਵੱਧ ਰਿਹਾ, ਵਾਸ਼ਰੂਮ ਤੱਕ ਜਾਣਾ ਤਾਂ ਬਹੁਤ ਗਲਤ ਗੱਲ ਦੇ ਆਪਾਂ ਨੇੜੇ ਜਾ ਰਿਹਾ ਉਹ। ਅਤੇ ਬ੍ਰਦਰ ਮੈਨੂੰ ਕਹਿੰਦਾ ਵੀ ਚਲੋ ਤੂੰ ਰਿਟਰਨ ਸ਼ਿਕਾਇਤ ਦਿੰਦੇ ਹਾਂ ਆਪਾਂ ਦਫ਼ਤਰ ਵਿੱਚ। ਅਤੇ ਮੈਂ ਕਿਹਾ ਵੀ ਰਿਟਰਨ ਵਿੱਚ ਬਦਨਾਮੀ ਥੋੜ੍ਹੀ ਜਿਹੀ ਮੇਰੀ ਹੋਣੀ ਹੈ, ਲੇਡੀਜ਼ ਦੀ ਜ਼ਿਆਦਾ ਹੁੰਦੀ ਹੈ, ਅਤੇ ਆਪਾਂ ਆਪਣੇ ਲੈਵਲ 'ਤੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ। ਬ੍ਰਦਰ ਕਹਿੰਦਾ ਚਲੋ ਕੋਈ ਗੱਲ ਨਹੀਂ, ਵੀ ਮੈਂ ਕੱਲ੍ਹ ਸਮਝਾਉਣ ਆਊਂਗਾ ਇਹਨੂੰ, ਸਕੂਲ ਟਾਈਮ ਤੋਂ ਬਾਅਦ ਆਪਾਂ ਡਿਊਟੀ 'ਚ ਵੀ ਕਰਨੀ ਪਾਉਣਾ, ਸਕੂਲ ਟਾਈਮ ਤੋਂ ਬਾਅਦ ਮੈਂ ਇਹਨੂੰ ਸਮਝਾਉਣ ਆਊਂਗਾ। ਮੇਰਾ ਬ੍ਰਦਰ ਜਦੋਂ ਸਾਰੇ ਬੱਚੇ ਚਲੇ ਗਏ, ਟੀਚਰ ਵੀ ਚਲੇ ਗਏ, ਅਤੇ ਮੇਰਾ ਬ੍ਰਦਰ ਨੇ ਮਤਲਬ 3:05 'ਤੇ ਆਇਆ, ਅਤੇ ਉਹਦੇ ਨਾਲ ਮਤਲਬ ਉਹ ਜਦੋਂ ਚਮਨ ਲਾਲ ਮੁੱਖ ਅਧਿਆਪਕ ਸਕੂਲ ਤੋਂ ਬਾਹਰ ਆਇਆ ਤਾਂ ਮੇਰੇ ਬ੍ਰਦਰ ਨੇ ਉੱਥੇ ਉਹਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਸ ਤਰ੍ਹਾਂ ਮੈਂ ਮੈਡਮ ਦਾ ਬ੍ਰਦਰ ਹੈ, ਅਤੇ ਮੈਡਮ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਅਸ਼ਲੀਲ ਹਰਕਤਾਂ ਕਰ ਰਹੇ ਹੋ, ਪਰੇਸ਼ਾਨ ਕਰ ਰਹੇ ਹੋ ਇੱਕ ਮੁੱਖ ਅਧਿਆਪਕ ਹੋਣ ਦੇ ਨਾਂ 'ਤੇ, ਵੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਅਤੇ ਜਦੋਂ ਇਹਨੂੰ ਪਤਾ ਲੱਗਿਆ ਵੀ ਇਹ ਮਤਲਬ ਮੈਨੂੰ ਇਹਨੇ ਸਿਸਟਰ ਨੇ ਵੀ ਆਪਦੇ ਬ੍ਰਦਰ ਨੂੰ ਵੀ ਦੱਸਤਾ, ਤਾਂ ਉਹ ਥੋੜ੍ਹਾ ਜਿਹਾ ਮਤਲਬ ਅਸੀਂ ਚਲੇ ਗਏ ਸੀ ਉਸ ਟਾਈਮ। ਮੇਰੇ ਬ੍ਰਦਰ ਨੇ ਕਿਹਾ ਵੀ ਤੁਸੀਂ ਜਾਓ, ਕੋਈ ਐਡੀ ਗੱਲ ਨਹੀਂ, ਮੈਂ ਸਿਰਫ ਸਮਝਾਉਣ ਹੀ ਆਇਆ ਵੀ ਤੁਸੀਂ ਘਰੇ ਜਾਓ, ਮੇਰਾ ਬੇਟਾ ਮੈਨੂੰ ਲੈਣ ਆਉਂਦਾ। ਅਸੀਂ ਚਲੇ ਗਏ, ਪਰ ਜਦੋਂ ਅਸੀਂ ਹਜੇ ਥੋੜ੍ਹੀ ਦੂਰ ਹੀ ਗਏ ਸੀ ਤਾਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੋਨਾਂ ਵਿੱਚ ਕੋਈ ਮਤਲਬ ਤਲਖਬਾਜ਼ੀ ਹੋ ਗਈ ਹੈ ਕਿਸੇ ਗੱਲ ਤੋਂ। ਅਤੇ ਅਸੀਂ ਜਦੋਂ ਵਾਪਸ ਆਏ ਤਾਂ ਉਹ ਬ੍ਰਦਰ ਜਿਹੜਾ ਉਹਨੂੰ ਤਾਲਾ ਖੋਲ੍ਹ ਕੇ ਅੰਦਰ ਬਹਾਨੇ ਨਾਲ ਲੈ ਗਿਆ ਗੱਲ ਕਰਨ ਦੇ, ਅਤੇ ਉੱਥੇ ਜਾ ਕੇ ਜਦੋਂ ਬ੍ਰਦਰ ਨੂੰ ਮੇਰੇ ਕਰੈਕਟਰ ਬਾਰੇ ਬੋਲਿਆ ਕੁਛ, ਤਾਂ ਬ੍ਰਦਰ ਨੂੰ ਥੋੜ੍ਹਾ ਜਿਹਾ ਦੇਖੋ ਸਿਸਟਰ ਹੈ, ਮੈਂ ਰੀਅਲ ਸਿਸਟਰ ਹੈ, ਉਹਨਾਂ ਨੂੰ ਗੁੱਸਾ ਆਇਆ। ਅਤੇ ਉਹਨਾਂ ਨੇ ਮਤਲਬ ਬ੍ਰਦਰ ਨੇ ਕਿਹਾ ਵੀ ਇਸ ਤਰ੍ਹਾਂ ਨਾ ਮੇਰੀ ਸਿਸਟਰ ਨੂੰ ਕਹੋ, ਵੀ ਮੇਰੀ ਸਿਸਟਰ ਦੇ ਕਰੈਕਟਰ 'ਤੇ ਉਂਗਲ ਨਾ ਉਠਾਓ। ਅਤੇ ਉਹਨਾਂ ਨੇ ਅੱਗੋਂ ਕੁਛ ਬੋਲਿਆ ਮੇਰੇ ਬ੍ਰਦਰ ਨੂੰ, ਅਤੇ ਇਹਨਾਂ ਦੀ ਹੱਥੋਂ ਪਾਈ ਹੋ ਗਈ। ਅਤੇ ਜਦੋਂ ਅਸੀਂ ਵਾਪਸ ਆਏ ਇਹਨਾਂ ਦੀ ਹੱਥੋਂ ਪਾਈ ਹੋ ਗਈ ਸੀ, ਅਤੇ ਅਸੀਂ ਮੈਂ ਸੋਚਿਆ ਵੀ ਸ਼ਾਇਦ ਮਤਲਬ ਮੈਂ ਵੈਸੇ ਹੀ ਮੈਂਟਲੀ ਅਪਸੈਟ ਸੀ, ਅਤੇ ਅਸੀਂ ਵੀ ਮੈਂ ਅਤੇ ਮੇਰਾ ਬੇਟਾ ਵੀ ਆਏ ਵੀ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹੋ ਸਕਦਾ ਮੇਰੇ ਤੋਂ ਕੋਈ ਮਤਲਬ ਮੈਨੂੰ ਬਹੁਤ ਜ਼ਿਆਦਾ ਸੀ ਅਸ਼ਲੀਲ ਹਰਕਤਾਂ ਕਰਦਾ ਸੀ ਮੇਰੇ ਨਾਲ, ਅਤੇ ਮੈਂ ਵੀ ਇਹ 'ਤੇ ਹੱਥ ਚੱਕਿਆ ਹੋਵੇ, ਹੋ ਸਕਦਾ ਗੁੱਸੇ 'ਚ। ਪਰ ਇਹ ਇਹਨੇ ਜਾਣ ਕੇ ਸਾਡੇ ਕੋਲ ਤਾਂ ਕੋਈ ਮਤਲਬ ਕੁਛ ਨਹੀਂ ਸੀਗਾ, ਅਤੇ